ਬਹੁਤ ਸਾਰੀਆਂ ਚੀਜ਼ਾਂ ਲਾਈਫ ਦੇ ਵਿੱਚ ਅਸੀਂ ਚਾਹੁੰਦੇ ਹਾਂ ਸਟਾਰਟ ਕਰਨਾ ਪਰ ਅਸੀਂ ਸ਼ੁਰੂ ਨਹੀਂ ਕਰ ਪਾਉਂਦੇ। ਕਈ ਚੀਜ਼ਾਂ ਅਸੀਂ ਛੱਡਣਾ ਚਾਹੁੰਦੇ, ਸਾਨੂੰ ਪਤਾ ਨੇ ਵੀ ਇਹ ਕੁਝ ਬੈਡ ਹੈਬਿਟਸ ਨੇ ਪਰ ਅਸੀਂ ਛੱਡ ਨਹੀਂ ਪਾਉਂਦੇ। ਤੇ ਨਵਾਂ ਸਾਲ ਸਾਨੂੰ ਇੱਕ ਓਪਰਚੁਨਿਟੀ ਦਿੰਦਾ ਆ ਕੁਛ ਨਾ ਕੁਛ ਬਦਲਾਅ ਲੈ ਕੇ ਆਉਣ ਦੀ, ਕੁਛ ਨਾ ਕੁਛ ਨਵਾਂ ਕਰਨ ਦੀ। ਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਆ 2022 ਦੇ ਵਿੱਚ ਆਪਾਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਦਲੀਏ, ਕਿਸ ਤਰ੍ਹਾਂ ਆਪਣੀਆਂ ਹੈਬਿਟਸ ਨੂੰ ਚੇਂਜ ਕਰੀਏ, ਨਵੀਆਂ ਹੈਬਿਟਸ ਨੂੰ ਕਿੱਦਾਂ ਅਡੋਪਟ ਕਰੀਏ। ਆਈ ਹੈਵ ਬੀਨ ਡੂਇੰਗ ਦਿਸ ਫੋਰ 12 ਇਅਰਸ, 12 ਸਾਲ ਤੋਂ ਰੈਗੂਲਰ ਆਈ ਐਮ ਜਸਟ ਮੇਕਿੰਗ ਰਜਿਸਟਰ ਵੀ ਕਿਸ ਤਰ੍ਹਾਂ ਆਪਣੇ ਆਪ ਨੂੰ ਵਧੀਆ ਇੱਕ ਵਰਜਨ ਬਣਾਇਆ ਜਾਵੇ, ਇੱਕ ਬੈਸਟ ਵਰਜਨ ਆਪਣਾ ਖੁਦ ਦਾ ਹੀ ਇੱਕ ਤਿਆਰ ਕੀਤਾ ਜਾਵੇ। ਇਹ ਮੈਟਰ ਨਹੀਂ ਕਰਦਾ ਵੀ ਲਾਈਫ ਕਿਸ ਤਰ੍ਹਾਂ ਦੀ ਹੈ, ਮੈਟਰ ਇਹ ਕਰਦਾ ਆ ਵੀ ਤੁਸੀਂ ਉਸਨੂੰ ਕਿੰਨਾ ਹੋਰ ਬੈਟਰ ਕਰ ਪਾ ਰਹੇ ਹੋ। ਥੋੜਾ ਥੋੜਾ ਬੈਟਰ ਕਰਦੇ ਕਰਦੇ ਆਪਾਂ ਉਸਨੂੰ ਹੋਰ ਬੈਟਰ ਬਣਾ ਸਕਦੇ ਹਾਂ। ਤੋ ਅੱਜ ਆਪਾਂ ਗੱਲ ਕਰਾਂਗੇ ਰੈਜੋਲੂਸ਼ਨਸ ਦੀ। ਟੁਮਾਰੋ ਇਜ ਦਾ ਫਸਟ ਬਲੈਂਕ ਪੇਜ ਆਫ ਅ 365 ਪੇਜ ਬੁੱਕ, ਰਾਈਟ ਅ ਗੁੱਡ ਵਨ। 365 ਡੇਜ਼ ਨੇ ਸਾਡੇ ਕੋਲ, ਅਸੀਂ ਇਸ ਦੇ ਵਿੱਚ ਕੁਝ ਨਵਾਂ ਅਸੀਂ ਕਰ ਸਕਦੇ ਹਾਂ। ਬਿਲਕੁਲ ਇੱਕ ਬਲੈਂਕ ਹੈ, ਬਿਲਕੁਲ ਬਲੈਂਕ ਸ਼ੀਟ। ਜੋ ਵੀ ਲਿਖਾਂਗੇ 365 ਦਿਨਾਂ ਦੇ ਬਾਅਦ ਸਾਡੀ ਇੱਕ ਹੈਬਿਟ ਹੋਏਗੀ, ਸਾਡੇ ਜੋ ਰਿਜ਼ਲਟਸ ਨੇ, ਸਾਡੇ ਜੋ ਡ੍ਰੀਮ ਨੇ, ਉਸ ਦੇ ਉੱਪਰ ਡਿਪੈਂਡ ਕਰਦਾ ਆ ਵੀ ਅਸੀਂ 365 ਡੇਜ਼ ਦੇ ਵਿੱਚ ਕੀ ਆਪਾਂ ਨਵਾਂ ਕਰ ਰਹੇ ਹਾਂ। ਚੇਂਜ ਯੂਰ ਸੈਲਫ ਐਂਡ ਯੂ ਹੈਵ ਡਨ ਯੂਰ ਪਾਰਟ ਇਨ ਚੇਂਜਿੰਗ ਦਾ ਵਰਲਡ। ਦੈਟ ਆਪਣੇ ਆਪ ਨੂੰ ਅਸੀਂ ਕਿੱਦਾਂ ਬਦਲ ਸਕਦੇ ਹਾਂ, ਕਿੱਦਾਂ ਆਪਣੇ ਆਪ ਦੇ ਵਿੱਚ ਅਸੀਂ ਬਦਲਾਵ ਲੈ ਕੇ ਆ ਸਕਦੇ ਹਾਂ। ਪਰਮਹੰਸ ਯੋਗਾਨੰਦ ਜੀ ਲਿਖਦੇ ਨੇ ਵੀ ਸੰਸਾਰ ਨੂੰ ਬਦਲਣ ਤੋਂ ਪਹਿਲਾਂ, ਕਈ ਲੋਕ ਸਿਸਟਮ ਨੂੰ ਨਿੰਦਦੇ ਨੇ ਵੀ ਸਿਸਟਮ ਇੱਦਾਂ ਹੋਣਾ ਚਾਹੀਦਾ ਆ, ਕੁਛ ਨਾ ਕੁਛ ਸਿਸਟਮ ਦੇ ਵਿੱਚ ਖਰਾਬੀ ਹੈ, ਤਾਂ ਤੁਸੀਂ ਕੀ ਪਾਰਟਿਸਪੇਟ ਕਰ ਰਹੇ ਹੋ? ਤਾਂ ਪਹਿਲਾਂ ਆਪਣੇ ਆਪ ਨੂੰ ਬਦਲੋ। ਕੁਛ ਜਦੋਂ ਤੁਸੀਂ ਆਪਣੇ ਆਪ ਨੂੰ ਬਦਲੋ, ਤੁਸੀਂ ਸਿਸਟਮ ਦਾ ਹਿੱਸਾ ਨਾ ਬਣੋ, ਪਹਿਲਾਂ ਤੁਸੀਂ ਆਪ ਬਦਲੋ, ਫਿਰ ਤੁਸੀਂ ਸਿਸਟਮ ਨੂੰ ਬਦਲ ਸਕਦੇ ਹੋ। ਸੋ ਪਰਪਸ ਆਫ ਲਾਈਫ ਕੀ ਹੈ ਐਕਚੁਅਲੀ, ਕੀ ਅਸੀਂ ਕਰਨਾ ਚਾਹੁੰਦੇ ਹਾਂ ਲਾਈਫ ਦੇ ਵਿੱਚ, ਲਾਈਫ ਕਿਹੜੀਆਂ ਚੀਜ਼ਾਂ ਦੇ ਉੱਪਰ ਚੱਲਦੀ ਆ। ਇੱਕ ਇੱਥੇ ਅਸੀਂ ਮੋਸਲੋ ਦੀ ਹਰਾਰਕੀ ਲਈ ਹੈ, ਜਿਸ ਦੇ ਵਿੱਚ ਫਸਟ ਆਪਾਂ ਦੇਖਦੇ ਹਾਂ ਵੀ ਫਿਜ਼ੀਓਲੋਜੀਕਲ ਨੀਡ ਨੇ, ਸੇਫਟੀ ਨੀਡ ਨੇ, ਲਵ, ਬਿਲੋਂਗਿੰਗਨੈਸ, ਸੈਲਫ ਅਸਟੀਮ, ਐਕਚੁਅਲਾਈਜੇਸ਼ਨ। ਸੋ ਦਾ ਥਿੰਗ ਇਜ਼ ਦੈਟ ਵੀ ਜੋ ਫਿਜ਼ੀਓਲੋਜੀਕਲ ਨੀਡ ਨੇ ਉਸਦੇ ਵਿੱਚ, ਜਿਸ ਤਰ੍ਹਾਂ ਬਰੀਦਿੰਗ ਲੈਣਾ, ਸਭ ਤੋਂ ਪਹਿਲਾਂ ਮਨੁੱਖ ਨੂੰ ਜੇਕਰ ਸਾਹ ਚੱਲਦੇ ਹੋਣਗੇ ਫਿਰ ਉਹ ਖਾਣਾ ਖਾ ਸਕਦਾ ਆ, ਫੂਡ ਲੈ ਸਕਦਾ ਆ, ਦੈਨ ਸੈਕਸ, ਸਲੀਪ, ਹੋਮਿਓਸਟੈਟਿਸ, ਦੈਟ ਐਕਸਕ੍ਰੀਸ਼ਨ, ਦੈਟ ਦੀਜ਼ ਆਰ ਬੇਸਿਕ ਥਿੰਗਸ ਦੈਟ ਐਵਰੀ ਹਿਊਮਨ ਬੀਂਗ ਨੀਡਸ। ਫਿਰ ਉਸ ਤੋਂ ਬਾਅਦ ਸਿਕਿਉਰਿਟੀ ਹੈ, ਸਿਕਿਉਰਿਟੀ ਆਫ ਅ ਬਾਡੀ, ਇੰਪਲਾਇਮੈਂਟ ਦੀ ਸਿਕਿਉਰਿਟੀ, ਆਪਣੇ ਰਿਸੋਰਸਿਸ ਦੀ ਸਿਕਿਉਰਿਟੀ, ਮੋਰੈਲਿਟੀ ਦੀ ਸਿਕਿਉਰਿਟੀ, ਫੈਮਿਲੀ ਦੀ, ਹੈਲਥ ਦੀ, ਪ੍ਰੋਸਪੈਰਿਟੀ, ਐਂਡ ਲਵ ਐਂਡ ਬਿਲੋਂਗਿੰਗਨੈਸ, ਫਰੈਂਡਸ਼ਿਪ, ਫੈਮਿਲੀ, ਸੈਕਸੁਅਲ ਇੰਟੀਮੇਸੀ, ਐਂਡ ਸੈਲਫ ਅਸਟੀਮ, ਸੈਲਫ ਅਸਟੀਮ, ਦੈਟ ਕੋਨਫੀਡੈਂਸ, ਅਚੀਵਮੈਂਟ, ਰਿਸਪੈਕਟ ਆਫ ਅਦਰ, ਰਿਸਪੈਕਟ ਬਾਈ ਅਦਰਸ, ਸੈਲਫ ਐਕਚੁਅਲਾਈਜੇਸ਼ਨ ਦੇ ਵਿੱਚ ਮੋਰੈਲਿਟੀ, ਕ੍ਰੀਏਟਿਵਿਟੀ, ਸਪੋਨਟੈਨਿਟੀ, ਪ੍ਰੋਬਲਮ ਸੋਲਵਿੰਗ, ਲੈਕ ਆਫ ਪ੍ਰੈਜੁਡਾਈਸ, ਐਕਸੈਪਟੈਂਸ ਆਫ ਫੈਕਟਸ। ਤਾਂ ਇਹ ਮੀਨ ਟੂ ਸੇ ਇਹ ਸਾਰੀਆਂ ਚੀਜ਼ਾਂ ਹੀ ਇਨਸਾਨ ਨੂੰ ਚਾਹੀਦੀਆਂ ਨੇ। ਇਹ ਸਾਰਾ ਕੁਛ ਹੀ ਇਨਸਾਨ, ਇਹਨਾਂ ਕਿਸੇ ਵੀ ਇੱਕ ਚੀਜ਼ ਤੋਂ ਬਿਨਾਂ ਇਨਸਾਨ ਜਿਹੜਾ ਹੈ ਉਹ ਅਧੂਰਾ ਹੈ। ਹੁਣ ਕੁਸ਼ਚਨ ਹੈ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਕਿਵੇਂ ਲੈ ਸਕਦੇ ਹਾਂ। ਫਿਜ਼ੀਓਲੋਜੀਕਲ ਨੀਡ ਸਾਡੀ ਹੈਲਥ ਦੇ ਨਾਲ ਰਿਲੇਟਡ ਨੇ, ਹੈਲਥ ਸਾਡੀ ਕਿਵੇਂ ਬੈਟਰ ਹੋ ਸਕਦੀ ਹੈ ਜੇ ਅਸੀਂ ਯੋਗਾ ਕਰਾਂਗੇ, ਜਿਮ ਜਾਵਾਂਗੇ, ਐਕਸਰਸਾਈਜ਼ ਕਰਾਂਗੇ, ਡਾਇਟ ਵਧੀਆ ਲਵਾਂਗੇ, ਫਾਸਟ ਰੱਖਾਂਗੇ, ਜਾਂ ਅਸੀਂ ਰਨਿੰਗ ਕਰਾਂਗੇ, ਐਕਸਰਸਾਈਜ਼ ਕੁਛ ਵੀ ਹੋ ਸਕਦਾ, ਕਿਸੇ ਤਰ੍ਹਾਂ ਦੀ ਕੋਈ ਗੇਮ ਵੀ ਹੋ ਸਕਦੀ ਹੈ, ਤਾਂ ਹੈਲਥ ਇਸ ਤਰ੍ਹਾਂ ਮੇਨਟੇਨ ਜਿਹੜੀ ਹੈ ਕੀਤੀ ਜਾ ਸਕਦੀ ਹੈ। ਸੇਫਟੀ ਨੀਡ ਦੇ ਵਿੱਚ ਕੀ ਹੈ, ਸੇਫਟੀ ਸਾਡੀ ਕਿੱਦਾਂ ਹੋਏਗੀ ਜੇਕਰ ਸਾਡੇ ਕੋਲ ਪੈਸਾ ਹੋਏਗਾ, ਜਾਂ ਬਾਡੀ ਦੀ ਸੇਫਟੀ ਕਿਵੇਂ ਹੋਏਗੀ, ਗੁੱਡ ਕਲੋਥਿੰਗ ਹੋਏਗੀ, ਜਾਂ ਹੋਰ ਸੇਫਟੀ ਪ੍ਰੋਪਰਟੀ ਦੀ ਸੇਫਟੀ ਕੀ ਹੈ, ਸਾਡਾ ਸਿਸਟਮ ਹੋਏਗਾ। ਬਟ ਸਿਸਟਮ ਜਿਹੜਾ ਹੈ, ਸਿਸਟਮ ਤੋਂ ਪਹਿਲਾਂ ਆਪਣੇ ਆਪਣੇ ਲਈ ਆਪਾਂ ਕੀ ਕਰ ਸਕਦੇ ਹਾਂ, ਦੈਟ ਮਨੀ ਦੈਟ ਵੀ ਨੀਡ ਇਟ ਐਜ਼, ਦੈਟ ਜੋ ਮਨੀ ਹੈ, ਮਨੀ ਦੇ ਸੋਰਸਿਸ ਕੀ ਨੇ, ਮਨੀ ਦੇ ਸੋਰਸਿਸ ਲਾਈਕ ਜੋਬ, ਬਿਜ਼ਨਸ, ਪ੍ਰੋਫੈਸ਼ਨਸ, ਦੇ ਆਰ ਨੀਡਡ। ਪੈਸਾ ਕਿੱਥੋਂ ਆ ਸਕਦਾ, ਜੋਬ ਤੋਂ ਆ ਸਕਦਾ, ਬਿਜ਼ਨਸ ਤੋਂ ਆ ਸਕਦਾ, ਪ੍ਰੋਫੈਸ਼ਨ ਤੋਂ ਆ ਸਕਦਾ ਆ। ਤਾਂ ਰਿਕੁਆਇਰਮੈਂਟ ਕੀ ਹੈ, ਮੰਨ ਲਓ ਆਪਣੇ ਜੋਬ ਕਰਨੀ ਹੈ, ਕਿਤੇ ਆਪਾਂ ਬਿਜ਼ਨਸ ਰਨ ਕਰ ਰਹੇ ਹਾਂ, ਜਾਂ ਅਸੀਂ ਕਿਸੇ ਪ੍ਰੋਫੈਸ਼ਨ ਦੇ ਵਿੱਚ ਹਾਂ, ਤਾਂ ਸਾਨੂੰ ਐਜੂਕੇਸ਼ਨ ਚਾਹੀਦੀ ਹੈ, ਕੁਆਲਿਟੀ ਐਜੂਕੇਸ਼ਨ ਚਾਹੀਦੀ ਹੈ, ਨੌਲੇਜ ਹੋਣੀ ਚਾਹੀਦੀ ਹੈ ਕਿਸੇ ਵੀ ਕੰਮ ਦੀ, ਤਾਂ ਸਾਨੂੰ ਸਕਿੱਲ ਦਾ ਪਤਾ ਹੋਣਾ ਚਾਹੀਦਾ ਆ, ਐਂਡ ਮਨੀ ਐਂਡ ਪ੍ਰੋਪਰਟੀ, ਜਾਂ ਆਪਣੇ ਕੋਈ ਪੂਰਵਜ ਨੇ ਸਾਡੇ ਕੋਲ ਉਹਨਾਂ ਦੀ ਮਨੀ ਹੈ, ਦੈਟ ਦੈਟ ਵੀ ਸ਼ੁੱਡ ਹੈਵ,
ਤੇ ਕਿੱਦਾਂ ਆ ਸਕਦੀ ਹੈ, ਮੰਨ ਲਓ ਗੁੱਡ ਐਜੂਕੇਸ਼ਨ ਕਿੱਦਾਂ ਆਏਗੀ, ਨੌਲੇਜ ਕਿਸ ਤਰ੍ਹਾਂ ਆਏਗੀ, ਕੋਈ ਸਕਿੱਲ ਅਸੀਂ ਕਦੋਂ ਸਿੱਖਦੇ ਹਾਂ, ਜਦੋਂ ਅਸੀਂ ਰਾਈਟ ਕੋਚਿੰਗ ਮਿਲਦੀ ਹੈ ਸਾਨੂੰ ਕਿਤੋਂ, ਹਾਰਡ ਵਰਕ ਕਰਦੇ ਹਾਂ, ਜਦੋਂ ਰਾਈਟ ਕੋਚਿੰਗ ਮਿਲ ਗਈ ਫਿਰ ਅਸੀਂ ਹਾਰਡ ਵਰਕ ਕਰਦੇ ਹਾਂ। ਐਜੂਕੇਸ਼ਨ 'ਚ ਕੀ ਹੈ, ਰੈਗੂਲਰ ਕਲਾਸਿਸ ਲਗਾਉਂਦੇ ਹਾਂ, ਪ੍ਰੈਕਟਿਸ ਕਰਦੇ ਹਾਂ, ਹੋਮਵਰਕ ਕਰਦੇ ਹਾਂ ਐਂਡ ਰੂਲਸ ਨੂੰ ਫੋਲੋ ਕਰਦੇ ਹਾਂ। ਜੇਕਰ ਆਪਾਂ ਹਾਓ ਦੇ ਵਿੱਚ ਜੋ ਚੀਜ਼ਾਂ ਨਹੀਂ ਕਰਦੇ ਹਾਂ ਤਾਂ ਆਪਾਂ ਨੂੰ ਰੁਕੈਡ ਚੀਜ਼ਾਂ ਮਿਲਦੀਆਂ ਨੇ। ਰੁਕੈਡ ਚੀਜ਼ਾਂ ਦੇ ਨਾਲ ਕੀ ਹੈ, ਆਪਣੀ ਸੇਫਟੀ ਨੀਡ ਮਜ਼ਬੂਤ ਹੁੰਦੀ ਨੇ, ਬਟ ਸੇਫਟੀ ਨੀਡ ਤੋਂ ਪਹਿਲਾਂ ਆਪਾਂ ਨੂੰ ਜੋ ਹਾਓ ਦੇ ਵਿੱਚ ਜੋ ਕੰਟੈਂਟ ਹੈ ਇਹ ਸਾਰਾ ਆਪਾਂ ਨੇ ਗਰਾਊਂਡ ਲੈਵਲ ਦੇ ਉੱਪਰ ਕਰਨਾ ਹੈ। ਇਹ ਨਿਊ ਈਅਰ ਤੋਂ ਆਪਾਂ ਇਹਨਾਂ ਦੇ ਉੱਪਰ ਵਰਕ ਕਰਨਾ ਹੈ ਤਾਂ ਆਪਣੀਆਂ ਸੇਫਟੀ ਨੀਡ ਜਿਹੜੀਆਂ ਹੈਗੀਆਂ ਨੇ ਉਹ ਕੰਪਲੀਟ ਹੋਣਗੀਆਂ। ਨੈਕਸਟ ਹੈ ਬਿਲੋਂਗਿੰਗ ਦੇ ਵਿੱਚ ਲਵ ਆ ਜਾਂਦਾ ਹੈ, ਰਿਸਪੈਕਟ, ਕੇਅਰ। ਲਵ ਰਿਸਪੈਕਟ ਕੇਅਰ ਕਿੱਥੋਂ ਮਿਲਦੀ ਹੈ ਆਪਾਂ ਨੂੰ? ਜੇਕਰ ਸਾਡਾ ਕਮਿਊਨੀਕੇਸ਼ਨ ਸਕਿੱਲ ਬੈਟਰ ਹੈ, ਅਸੀਂ ਕਿਸੇ ਦੀ ਰਿਸਪੈਕਟ ਕਰਦੇ ਹਾਂ, ਕਿਸੇ ਦੇ ਨਾਲ ਵਧੀਆ ਬੋਲਦੇ ਹਾਂ, ਅੰਡਰਸਟੈਂਡ ਕਰਦੇ ਹਾਂ ਕਿਸੇ ਨੂੰ, ਕਿਸੇ ਦੇ ਸੰਸਾਰ ਨੂੰ ਆਪਾਂ ਕਿਸੇ ਬੰਦੇ ਦੇ ਸੰਸਾਰ ਤੋਂ ਦੇਖਦੇ ਹਾਂ ਵੀ ਇਸ ਨੂੰ ਕੀ ਪ੍ਰੋਬਲਮ ਹੈ, ਇਹਦਾ ਸੰਸਾਰ ਕਿਸ ਤਰ੍ਹਾਂ ਦਾ ਹੈ, ਫਿਰ ਆਪਾਂ ਉਸ ਨੂੰ ਅੰਡਰਸਟੈਂਡ ਕਰਦੇ ਹਾਂ, ਸਮਝਦੇ ਹਾਂ। ਫੋਰਗਿਵਨੈਸ, ਕਿਸੇ ਦੀ ਕੋਈ ਗਲਤੀ ਹੋ ਜਾਏ ਤਾਂ ਉਸ ਨੂੰ ਮਾਫ਼ ਕਰ ਦੇਣਾ, ਰਿਲੇਸ਼ਨ ਨੂੰ ਬਚਾਉਣ ਦੇ ਵਾਸਤੇ, ਜੇ ਕਿਤੇ ਝੁਕਣਾ ਪਵੇ ਤਾਂ ਝੁਕ ਵੀ ਪੈਣਾ। ਕਾਇੰਡਨੈਸ, ਪੇਸ਼ੈਂਸ, ਗੁੱਡ ਲਿਸਨਰ, ਗੁੱਡ ਲਿਸਨ ਇਜ਼ ਮਾਈ ਫੇਵਰੇਟ ਪੁਆਇੰਟ। ਅਤੇ ਕਈ ਲੋਕ ਕੀ ਨੇ, ਸੁਣਦੇ ਬਹੁਤ ਘੱਟ ਨੇ, ਬੋਲਦੇ ਜ਼ਿਆਦਾ ਨੇ, ਕਿਸੇ ਦੀ ਗੱਲ ਨੂੰ ਜਦੋਂ ਆਪਾਂ ਰਿਸਪੈਕਟ ਨਹੀਂ ਦੇਵਾਂਗੇ ਤਾਂ ਉਸ ਪਰਸਨ ਨੂੰ ਆਪਾਂ ਰਿਸਪੈਕਟ ਨਹੀਂ ਦੇ ਰਹੇ ਜਦੋਂ ਆਪਾਂ ਕਿਸੇ ਦੀ ਗੱਲ ਨਹੀਂ ਸੁਣ ਰਹੇ। ਗੁੱਡ ਲੁਕਿੰਗ, ਫਿਲੈਂਥਰੋਪਿਸਟ, ਫਿਲੈਂਥਰੋਪਿਸਟ ਮੀਨਸ ਦੈਟ ਦਾਨ ਪੁੰਨ ਆਪਾਂ ਕਰਦੇ ਹਾਂ ਤਾਂ ਆਪਾਂ ਮੀਨ ਟੂ ਸੇ ਕੇਅਰ ਕਰ ਰਹੇ ਹਾਂ ਕਿਸੇ ਦੀ। ਕੇਅਰ ਇਕੱਲੀ ਮੈਂ ਇਨਸਾਨਾਂ ਦੀ ਨਹੀਂ ਕਹਿੰਦਾ, ਚਾਹੇ ਆਪਾਂ ਜਾਨਵਰਾਂ ਦੀ ਗੱਲ ਕਰ ਲਈਏ, ਪੇੜ ਪੌਦਿਆਂ ਦੀ ਗੱਲ ਕਰ ਲਈਏ, ਕਿਸੇ ਦੀ ਵੀ ਆਪਾਂ ਕੇਅਰ ਕਰਦੇ ਹਾਂ ਤਾਂ ਆਪਾਂ ਨੂੰ ਦਾਨੀ ਬਣਨਾ ਜ਼ਰੂਰੀ ਹੈ। ਕਿਸੇ ਚੀਜ਼ ਦੀ ਲਸਟ ਨਾ ਹੋਣਾ, ਮਨੀ ਔਰ ਸੈਕਸ, ਦੈਟ ਜਦੋਂ ਆਪਾਂ ਲਸਟ ਰੱਖਦੇ ਹਾਂ ਦੈਨ ਲਵ ਇਜ਼ ਨੋਟ ਦੇਅਰ, ਦੈਨ ਰਿਸਪੈਕਟ ਇਜ਼ ਨੋਟ ਦੇਅਰ। ਤਾਂ ਆਪਾਂ ਨੇ ਦੇਖਣਾ ਹੈ ਵੀ ਜੇਕਰ ਅੱਜ ਸਾਡੇ ਕਿਸੇ ਨਾਲ ਰਿਲੇਸ਼ਨ ਵਧੀਆ ਨਹੀਂ, ਜੇਕਰ ਸਾਡੇ ਨਾਲ ਕਿਸੇ ਦੀ ਨਹੀਂ ਬਣਦੀ ਤਾਂ ਉਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ, ਇਹਨਾਂ 'ਚੋਂ ਕੋਈ ਰੀਜ਼ਨ ਹੋ ਸਕਦਾ ਹੈ। ਹੋ ਸਕਦਾ ਸਾਡਾ ਕਮਿਊਨੀਕੇਸ਼ਨ ਸਕਿੱਲ ਇੰਨਾ ਵਧੀਆ ਨਾ ਰਿਹਾ ਹੋਵੇ, ਹੋ ਸਕਦਾ ਅਸੀਂ ਉਸ ਇਨਸਾਨ ਨੂੰ ਸਾਡੀ ਅੰਡਰਸਟੈਂਡਿੰਗ ਨਾ ਹੋਵੇ, ਅਸੀਂ ਸਮਝ ਨਾ ਪਾਈ ਹੋਈਏ। ਤਾਂ ਆਪਾਂ ਨੇ ਦੇਖਣਾ ਹੈ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਰਿਕੁਆਇਰਡ ਨੇ, ਤਾਂ ਕਿ ਇਹ ਚੀਜ਼ਾਂ ਕਿੱਥੋਂ ਮਿਲਣਗੀਆਂ। ਗੁੱਡ ਕਮਿਊਨੀਕੇਸ਼ਨ ਸਕਿੱਲ ਕਦੋਂ ਹੁੰਦਾ? ਜਦੋਂ ਸਾਡੀ ਸੋਸਾਇਟੀ ਚੰਗੀ ਹੁੰਦੀ ਹੈ, ਅਸੀਂ ਵਧੀਆ ਸੋਸਾਇਟੀ 'ਚ ਰਹਿੰਦੇ ਹਾਂ, ਸਾਡੇ ਆਲੇ ਦੁਆਲੇ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਸਾਨੂੰ ਚੰਗੀਆਂ ਚੀਜ਼ਾਂ ਸਿਖਾਉਂਦੇ ਨੇ, ਬੁੱਕਸ ਨੇ, ਬੁੱਕਸ ਸਾਨੂੰ ਸਿਖਾਉਂਦੀਆਂ ਨੇ ਵੀ ਸਾਨੇ ਕਿਸੇ ਨਾਲ ਵਰਤਾਵਾ ਆਪਣਾ ਕਿਵੇਂ ਸਹੀ ਰੱਖਣਾ ਹੈ। ਮੈਡੀਟੇਸ਼ਨ ਸਾਨੂੰ ਸਿਖਾਉਂਦੀ ਹੈ, ਫੋਰਗਿਵਨੈਸ, ਕਾਇੰਡਨੈਸ, ਪੇਸ਼ੈਂਸ ਸਾਨੂੰ ਮੈਡੀਟੇਸ਼ਨ ਤੋਂ ਆਉਂਦੇ ਨੇ। ਕੰਟਰੀਬਿਊਸ਼ਨ, ਕੰਟਰੀਬਿਊਸ਼ਨ ਕਰਨਾ, ਕੰਟਰੀਬਿਊਸ਼ਨ ਦੇਖੋ ਪਹਿਲਾਂ ਸੈਲਫ ਤੋਂ ਸਟਾਰਟ ਹੁੰਦਾ ਆ, ਫਿਰ ਆਪਾਂ ਕੰਟਰੀਬਿਊਟ ਕਰਦੇ ਹਾਂ ਆਪਣੇ ਫੈਮਿਲੀ ਦੇ ਨਾਲ, ਫਿਰ ਆਪਣੇ ਰਿਲੇਟਿਵਸ, ਫਿਰ ਨੇਬਰ, ਫਿਰ ਸੋਸਾਇਟੀ, ਫਿਰ ਆਪਾਂ ਇੱਕ ਟਾਊਨ, ਫਿਰ ਆਪਾਂ ਇੱਕ ਸਟੇਟ, ਫਿਰ ਆਪਾਂ ਕੰਟਰੀ। ਤਾਂ ਸਾਡਾ ਕੰਟਰੀਬਿਊਸ਼ਨ ਇਸ ਤਰ੍ਹਾਂ ਵੱਧਦਾ ਜਾਂਦਾ, ਬਟ ਆਪਾਂ ਇੰਨਾ ਕੁ ਤਾਂ ਕੰਟਰੀਬਿਊਟ ਕਰੀਏ ਵੀ ਸਾਡੇ ਜੋ ਸਰਾਊਂਡਿੰਗ ਪੀਪਲ ਨੇ, ਸਾਡੇ ਜੋ ਨੇੜੇ ਰਹਿੰਦੇ ਪੀਪਲ ਨੇ, ਅਸੀਂ ਉਹਨਾਂ ਦੇ ਲਈ ਕੁਛ ਕਰੀਏ। ਫਿਲੈਂਥਰੋਪਿਸਟ ਵਾਸਤੇ ਕੀ ਹੈ, ਡੋਨੇਟ ਕਰਨਾ ਐਂਡ ਗੁੱਡ ਵੀਡੀਓਜ਼ ਦੇਖਣਾ। ਗੁੱਡ ਵੀਡੀਓਜ਼ ਆਪਾਂ ਦੇਖਦੇ ਹਾਂ, ਕਿਸੇ ਦੀਆਂ ਵੀ ਆਪਾਂ ਫੋਲੋ ਕਰ ਲਈਏ, ਓਸ਼ੋ ਜੀ ਨੂੰ ਫੋਲੋ ਕਰ ਲਈਏ, ਮਹੇਸ਼ਵਰੀ ਜੀ ਨੂੰ ਕਰ ਲਈਏ, ਵਿਵੇਕ ਬਿੰਦਰਾ ਦੀਆਂ ਦੇਖ ਲਈਏ, ਸਤਿਗੁਰੂ ਦੀਆਂ ਦੇਖ ਲਈਏ, ਕਿਸੇ ਦੀ ਵੀ ਆਪਾਂ ਜਦੋਂ ਵੀਡੀਓ ਦੇਖਾਂਗੇ ਤਾਂ ਉੱਥੋਂ ਆਪਾਂ ਨੂੰ ਇੱਕ ਚੰਗਾ ਗਿਆਨ ਮਿਲੇਗਾ, ਤੇ ਗਿਆਨ ਦੇ ਨਾਲ ਹੀ ਜਿਹੜੇ ਰਿਸ਼ਤੇ ਨੇ ਉਹ ਬੰਨੇ ਜਾਂਦੇ ਆ। ਸੈਲਫ ਸਟੀਮ, ਸੈਲਫ ਸਟੀਮ 'ਚ ਕੀ ਨੇ, ਅਚੀਵਮੈਂਟਸ, ਮੈਨੂੰ ਆਪਣੇ ਅਚੀਵਮੈਂਟ ਵੀ ਚਾਹੀਦੇ ਨੇ, ਹਰੇਕ ਬੰਦਾ ਆਪਣੀ ਅਚੀਵਮੈਂਟ ਲਈ ਕੰਮ ਕਰਦਾ ਆ। ਕੌਨਫੀਡੈਂਸ ਚਾਹੀਦਾ ਆ, ਰਿਸਪੈਕਟ ਤਾਂ ਕਿੱਥੋਂ ਮਿਲਦੀਆਂ ਨੇ, ਜਦੋਂ ਬੰਦਾ ਐਜੂਕੇਟਡ ਹੁੰਦਾ ਆ ਤਾਂ ਉਹ ਕੋਈ ਅਚੀਵਮੈਂਟ ਲੈ ਸਕਦਾ ਹੈ, ਸਕਿੱਲਫੁੱਲ ਹੁੰਦਾ, ਉਹਦੇ ਅੰਦਰ ਕੋਈ ਕੋਈ ਕਾਬਲੀਅਤ ਹੁੰਦੀ ਆ, ਫੋਕਸ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਮਿਊਨੀਕੇਸ਼ਨ ਸਕਿੱਲ, ਹਾਰਡ ਵਰਕ, ਤੇ ਕੁਝ ਚੀਜ਼ਾਂ ਨੂੰ ਐਡ ਵੀ ਕਰਨਾ, ਸੋਸ਼ਲ ਐਪ ਨੂੰ ਜ਼ਿਆਦਾ ਨਾ ਯੂਜ਼ ਕਰਨਾ, ਬੈਡ ਹੈਬਿਟਸ ਨੂੰ ਲੀਵ ਕਰਨਾ। ਸੈਲਫ ਐਕਚੁਲਾਈਜੇਸ਼ਨ, ਸੈਲਫ ਐਕਚੁਲਾਈਜੇਸ਼ਨ ਕਿਸ ਚੀਜ਼ ਨਾਲ ਮਿਲਦੀ ਹੈ, ਮੈਡੀਟੇਸ਼ਨ ਕਰਨ ਦੇ ਨਾਲ, ਪਾਠ ਕਰਨਾ, ਗੁਰਦੁਆਰੇ ਮੰਦਿਰ ਜਾਣਾ, ਪ੍ਰੇਅਰ ਕਰਨਾ, ਸੈਕੂਲਰ ਹੋਣਾ, ਸਾਰੇ ਧਰਮਾਂ ਦਾ ਸਨਮਾਨ ਕਰਨਾ, ਕਿਸੇ ਨੂੰ ਹਰਟ ਨਾ ਕਰਨਾ, ਕ੍ਰਿਟੀਸਾਈਜ਼ ਨਾ ਕਰਨਾ, ਬੈਕ ਬਾਈਟਿੰਗ ਨਾ ਕਰਨਾ, ਰਿਵਾਈਲਿੰਗ ਨਾ ਕਰਨਾ, ਗਾਲੀ ਗਲੋਚ ਨਾ ਕਰਨਾ, ਆਈਸੋਲੇਟਡ ਕੁਛ ਸਮਾਂ ਇਕੱਲੇ ਬਿਤਾਉਣਾ, ਬਿਲੀਵ ਓਨ ਕਰਮਾ, ਕਰਮਾਂ ਦੇ ਵਿੱਚ ਬਿਲੀਵ ਕਰਨਾ ਵੀ ਅਸੀਂ ਜੇਕਰ ਸਾਡਾ ਅਸੀਂ ਜੇਕਰ ਕਿਸ ਜਿਸ ਤਰ੍ਹਾਂ ਦੀ ਸਾਨੂੰ ਲਾਈਫ ਮਿਲੀ ਉਸ ਲਾਈਫ 'ਚ ਹੀ ਖੁਸ਼ ਰਹਿਣਾ ਵੀ ਜੇ ਉਹ ਸਾਡੇ ਨਾਲ ਕੁਛ ਗਲਤ ਵੀ ਹੋ ਰਿਹਾ ਤਾਂ ਸਾਡੇ ਪਾਸਟ ਬਿਲੀਫ ਕਰਕੇ ਹੋ ਰਿਹਾ, ਸਾਡੇ ਪਾਸਟ ਜਿਹੜੇ ਕਰਮਾਂ ਨੇ, ਜੋ ਸਾਡੇ ਕਰਮ ਜੋ ਸਾਡੇ ਜੁੜੇ ਹੋਏ ਨੇ ਉਹਨਾਂ ਦੇ ਨਾਲ ਹੋ ਰਿਹਾ ਹੈ।
ਕਰਮਾਂ ਦੇ ਵਿੱਚ ਸਟਾਰਟਿੰਗ ਵਿੱਚ ਮੈਂ ਵੀ ਨਹੀਂ ਬਲੀਵ ਕਰਦਾ ਸੀ ਜਦੋਂ ਮੈਂ ਬ੍ਰਾਇਨ ਵੈਸਟ ਦੀ ਬੁੱਕ ਪੜ੍ਹੀ ਮੈਨੀ ਬੋਡੀ ਮੈਨੀ ਸੋਲ, ਤਾਂ ਉਸ ਤੋਂ ਪਤਾ ਚੱਲਿਆ ਵੀ ਉਹ ਰੀਅਲ ਸਟੋਰੀ ਦੇ ਉੱਪਰ ਹੈ, ਜਿਸ ਦੇ ਵਿੱਚ ਜੋ ਕਰਮਾਂ ਦਾ ਜੋ ਜੋ ਕਰਮਾਂ ਬਾਰੇ ਲਿਖਿਆ ਗਿਆ ਹੈ ਦੈਟ ਇਜ਼ ਕੁਆਇਟ ਟਰੂ, ਕਿਉਂਕਿ ਉਹ ਸਾਈਕੋਲੋਜਿਸਟ ਨੇ USA ਦੇ, ਤੇ ਅਮਰੀਕਾ ਜਿਹੜਾ ਹੈ ਤਾਂ ਇਦਾਂ ਹੀ ਕਿਸੇ ਨੂੰ ਉਹ ਜੋਬ ਦੇ ਉੱਪਰ ਨਹੀਂ ਰੱਖਦਾ, ਤੇ ਐਵਰੀਵਨ ਸ਼ੁੱਡ ਰੀਡ ਦੈਟ ਬੁੱਕ। ਹੁਣ ਇਹ ਚੀਜ਼ਾਂ ਪੋਸੀਬਲ ਕਿਹੜੀਆਂ ਨੇ, ਜੇ ਆਪਾਂ ਸਾਰਿਆਂ ਦੀਆਂ ਗੱਲਾਂ ਕਰਦੇ ਸੀ ਉਹਨੇ ਪੋਸੀਬਲ ਕਿੱਦਾਂ ਹੋ ਸਕਦੀਆਂ ਨੇ। ਇੱਕ ਇਨਸਾਨ ਜਿਹੜਾ ਹੈ ਉਹ ਹੋਲ ਕੰਪਲੀਟ ਐਂਡ ਪਰਫੈਕਟ ਕਿਸ ਤਰ੍ਹਾਂ ਹੋਏਗਾ? ਵਿਲੀਅਮ ਜੈਮਸ ਲਿਖਦੇ ਨੇ ਵੀ ਰਿਸੀਵ ਹਾਫ ਆਫ ਵਟ ਐਵਰ ਵੀ ਸ਼ੁੱਡ ਹੈਵ, ਜੋ ਸਾਡੇ ਕੋਲ ਹੋਣਾ ਚਾਹੀਦਾ ਅਸੀਂ ਉਹਦਾ, ਸਾਨੂੰ ਉਹਦਾ ਹਾਫ ਮਿਲਦਾ, ਸਾਨੂੰ ਅੱਧਾ ਮਿਲਦਾ ਹੈ, ਕਿਉਂਕਿ ਅਸੀਂ ਪੂਰੀਆਂ ਐਫਰਟਸ ਨਹੀਂ ਕਰ ਪਾਉਂਦੇ, ਅਸੀਂ ਸਿਰਫ ਸ਼ੁੱਡ ਦੀ ਲਾਈਫ 'ਚ ਜਿੰਨੇ ਹਾਂ ਵੀ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ, ਉੱਦਾਂ ਹੋਣਾ ਚਾਹੀਦਾ, ਬਟ ਜਦੋਂ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਡੂਇੰਗ ਜਿਹੜੀ ਹੈ ਡੂਇੰਗ ਨੂੰ ਨਹੀਂ ਅਸੀਂ ਜ਼ਿਆਦਾ ਤਰਜੀਹ ਦਿੰਦੇ ਵੀ ਸਾਨੂੰ ਡੂਇੰਗ ਵੀ ਕਰਨਾ ਆ, ਸਾਡਾ ਫੋਕਸ ਜਿਹੜਾ ਹੈਗਾ ਰਿਜ਼ਲਟ ਵੱਲ ਰਹਿੰਦਾ ਹੈ ਵੀ ਰਿਜ਼ਲਟ ਆਉਣੇ ਚਾਹੀਦੇ ਨੇ, ਬਟ ਐਫਰਟ ਜਿਹੜੀਆਂ ਹੈਗੀਆਂ ਨੇ ਐਫਰਟ ਦੇ ਵਿੱਚ ਸਾਡਾ ਬਿਲਕੁਲ ਧਿਆਨ ਨਹੀਂ ਹੁੰਦਾ। ਤਾਂ ਨਿਊ ਈਅਰ ਤੋਂ ਕਿੱਦਾਂ ਆਪਾਂ ਪਲਾਨ ਕਰੀਏ ਵੀ ਆਪਾਂ ਬੈਸਟ ਜਿਹੜੇ ਰਿਜ਼ਲਟ ਨੇ ਆਪਣਾ ਲੈ ਸਕੀਏ। ਸਟਾਰਟ ਵਾਰ ਵਿਦ ਯੂਰ ਸੈਲਫ ਇਨ ਯੂ, ਯੂ ਵਾਂਟ ਰੀਅਲ ਰਿਜ਼ਲਟ, ਇਫ ਯੂ ਵਾਂਟ ਰੀਅਲ ਰਿਜ਼ਲਟ, ਵਾਰ ਆਪਣੇ ਆਪ ਨਾਲ ਆਪਾਂ ਕਿੱਦਾਂ ਕਰ ਸਕਦੇ ਹਾਂ? ਗੁਰੂ ਨਾਨਕ ਸੀ ਉਹਨਾਂ ਨੇ ਆਪਣੇ ਆਪ ਨਾਲ ਵਾਰ ਕੀਤੀ, ਔਰੰਗਜ਼ੇਬ ਸੀ ਉਹਨਾਂ ਨੇ ਬਾਹਰ ਵਾਰ ਕੀਤੀ। ਸੋ ਆਪਾਂ ਨੇ ਖੁਦ ਦੇ ਨਾਲ ਵਾਰ ਕਰਨੇ, ਖੁਦ ਦੇ ਨਾਲ ਕਿੱਦਾਂ, ਆਪਣੇ ਹਾਰਮੋਨਸ ਦੇ ਨਾਲ, ਜੋ ਆਪਾਂ ਨੂੰ, ਕਿਉਂਕਿ ਹਾਰਮੋਨ ਨੂੰ ਇਹ ਨਹੀਂ ਪਤਾ ਵੀ ਚੀਜ਼ ਕੋਈ ਸਹੀ ਹੈ ਜਾਂ ਗਲਤ ਹੈ, ਉਸਨੂੰ ਇੰਨਾ ਪਤਾ ਵੀ ਇਸ ਤੋਂ ਟੇਸਟ ਆਉਂਦਾ ਹੈ, ਚਾਹੇ ਤੁਸੀਂ ਨਸ਼ੇ 'ਚੋਂ ਕਰ ਲਓ, ਪਿਆਰ 'ਚੋਂ ਕਰ ਲਓ, ਬੁੱਕ ਰੀਡਿੰਗ 'ਚੋਂ ਕਰ ਲਓ, ਕਿਸੇ ਗੇਮ 'ਚੋਂ ਕਰ ਲਓ, ਬਟ ਆਪਾਂ ਨੇ ਇਸ ਨੂੰ ਹੈਬਿਟ ਪਾਣੀ ਹੈ ਆਪਣੇ ਹਾਰਮੋਨਸ ਨੂੰ ਵੀ ਇਸ ਨੂੰ ਜਿਹੜਾ ਟੇਸਟ ਹੈ ਉਹ ਚੰਗੀਆਂ ਚੀਜ਼ਾਂ 'ਚੋਂ ਆਵੇ। ਇਹ ਕਿਸੇ ਮੈਂ ਬੁੱਕ ਦੇ ਹਵਾਲੇ 'ਚੋਂ ਨਹੀਂ ਬੋਲ ਰਿਹਾ, ਮੇਰਾ ਖੁਦ ਦਾ ਐਕਸਪੀਰੀਅੰਸ ਹੈ। ਮੈਨੂੰ ਇਹ ਲੱਗਦਾ ਹੈ ਵੀ ਜੋ ਜਿਸ ਤਰ੍ਹਾਂ ਬਾਣੀ 'ਚ ਲਿਖਿਆ ਵੀ ਮਨ ਜੀਤੇ ਜਗ ਜੀਤ, ਤਾਂ ਜਿਹੜੀ ਉਹ ਮਨ ਦੀ, ਜੇ ਆਪਾਂ ਇਨਸਾਨ ਨੂੰ ਖੋਲ ਕੇ ਦੇਖ ਲਈ ਤਾਂ ਅੰਦਰ ਕੋਈ ਮਨ ਨਾਮ ਦੀ ਚੀਜ਼ ਨਹੀਂ ਹੈ ਵੀ ਕੋਈ ਮਨ ਨਿਕਲ ਆਊਗਾ ਇਹਦੇ ਵਿੱਚੋਂ, ਤਾਂ ਮੈਨੂੰ ਮੈਨੂੰ ਇਹ ਆਪਣੀ ਇਦਾਂ ਲੱਗਦਾ ਵੀ ਜੋ ਹਾਰਮੋਨਸ ਨੇ ਸਾਡੇ ਉਹਨਾਂ ਨੂੰ ਕੰਟਰੋਲ 'ਚ ਕਰਨਾ, ਉਹਨਾਂ ਨੂੰ ਚੰਗੀਆਂ ਚੀਜ਼ਾਂ 'ਚੋਂ ਰਸ ਪੈਦਾ ਕਰਨਾ, ਚੰਗੀਆਂ ਚੀਜ਼ਾਂ 'ਚੋਂ ਟੇਸਟ ਲੈਣਾ, ਇਹ ਆਪਾਂ ਨੇ ਖੁਦ ਆਪਣੇ ਬ੍ਰੇਨ ਨੂੰ ਇੱਕ ਐਕਸਰਸਾਈਜ਼ ਕਰਵਾਉਣੀ ਆ। ਅੱਗੇ ਵੀ ਵਿਲ ਐਲੈਬੋਰੇਟ ਹਾਊ ਕੈਨ ਵੀ ਡੂ ਦੈਟ, ਕਿਸ ਤਰ੍ਹਾਂ ਇਹਨਾਂ ਨੂੰ ਕੀਤੀਆਂ ਜਾ ਸਕਦੀਆਂ ਨੇ। ਚੇਂਜ ਯੂਰ ਹੈਬਿਟ, ਚੇਂਜ ਯੂਰ ਲਾਈਫ, ਦੈਟ ਇਜ਼ ਸਿੰਪਲ ਫੰਡਾਮੈਂਟਲ ਇਜ਼ ਦੇਅਰ। ਬਹੁਤ ਲਾਈਫ ਦੇ ਨਾ, ਵੈਸੇ ਵੀ ਮੈਂ ਦੇਖ ਰਿਹਾ ਵੀ ਜਿਹੜੇ ਜਿਹੜੇ ਫੰਡਾਮੈਂਟਲ ਨੇ ਨਾ ਬਹੁਤ ਜ਼ਿਆਦਾ ਈਜ਼ੀ ਨੇ, ਸਾਨੂੰ ਖੁਦ ਲਾਈਫ ਨੂੰ ਜ਼ਿਆਦਾ ਕੰਪਲੀਕੇਟਡ ਕੀਤਾ ਹੋਇਆ ਹੈ। ਸਿੰਪਲੀ ਜਸਟ ਚੇਂਜ ਯੂਰ ਹੈਬਿਟਸ ਐਂਡ ਚੇਂਜ ਯੂਰ ਲਾਈਫ, ਨਾਓ ਸੀ ਦੈਟ ਪਰਸਨ। ਦੋਨੋਂ ਹੀ ਰੌਕ ਦੀਆਂ ਪਿਕਚਰਸ ਨੇ, ਜਿਸ ਵਿੱਚੋਂ ਕਾਫੀ ਮੋਟਾ ਦਿਖਾਈ ਦਿੰਦਾ ਆ, ਫੈਟ ਦਿਖਾਈ ਦਿੰਦਾ ਆ, ਉਹਨੂੰ ਆਪਾਂ ਏ ਮੰਨ ਲਓ, ਜਿਹਦੇ ਵਿੱਚ ਬਾਡੀ ਵਧੀਆ ਬਣੀ ਉਸਨੂੰ ਆਪਾਂ ਬੀ ਮੰਨ ਲਓ। ਹੁਣ ਆਪਾਂ ਏ ਨੂੰ ਦੇਖ ਕੇ ਕਹਿ ਸਕਦੇ ਹਾਂ ਵੀ ਉਹ ਡੇਲੀ ਜਿਮ ਜਾਂਦਾ ਹੋਏਗਾ, ਏ ਨੂੰ ਦੇਖ ਕੇ ਆਪਾਂ ਕਹਿ ਸਕਦੇ ਹਾਂ ਉਹਨੂੰ ਆਪਣੀ ਡਾਇਟ 'ਤੇ ਕੰਟਰੋਲ ਹੋਏਗਾ, ਏ ਨੂੰ ਦੇਖ ਕੇ ਆਪਾਂ ਕਹਿ ਸਕਦੇ ਹਾਂ ਵੀ ਮੋਰਨਿੰਗ ਟਾਈਮ ਉਹ ਛੇਤੀ ਉੱਠਦਾ ਹੋਏਗਾ, ਏ ਨੂੰ ਦੇਖ ਕੇ ਆਪਾਂ ਕਹਿ ਸਕਦੇ ਹਾਂ ਵੀ ਉਹਨੇ ਆਪਣੇ ਸਰੀਰ ਨੂੰ ਬੈਟਰ ਬਣਾਉਣ ਵਾਸਤੇ ਕੋਈ ਐਫਰਟ ਕੀਤੀਆਂ ਹੋਣਗੀਆਂ। ਹੁਣ ਆਪਾਂ ਬੀ ਨੂੰ ਦੇਖਦੇ ਹਾਂ ਤਾਂ ਬੀ ਨੂੰ ਦੇਖ ਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਬੀ ਨੂੰ ਦੇਖ ਕੇ ਵੀ ਨਹੀਂ ਉਹਨੇ ਕੋਈ ਵੀ ਡਾਇਟ ਖਾਧੀ ਹੋਏਗੀ ਤਾਂ ਇਸ ਤਰ੍ਹਾਂ ਦੀ ਬਾਡੀ ਬਣ ਗਈ ਹੋਏਗੀ। ਆਪਾਂ ਕਹਿ ਸਕਦੇ ਹਾਂ ਵੀ ਉਹ ਕਦੇ ਕਦੇ ਜਿਮ ਜਾਂਦਾ ਹੋਏਗਾ ਤੇ ਇਸ ਤਰ੍ਹਾਂ ਦੀ ਬਾਡੀ ਬਣ ਗਈ ਹੋਏਗੀ, ਨੋ ਵੀ ਕਾਂਟ ਸੇ ਦਿਸ। ਜੇਕਰ ਇਸ ਆਪਣਾ ਏ ਤੇ ਬੀ ਨੂੰ ਦੇਖੋ ਤਾਂ ਕਿਸ ਚੀਜ਼ ਦਾ ਫਰਕ ਹੈ? ਸਿਰਫ ਹੈਬਿਟਸ ਦਾ, ਆਪਣੀਆਂ ਹੈਬਿਟਸ ਨੂੰ ਚੇਂਜ ਕੀਤੀਆਂ ਤੇ ਬਾਡੀ ਦੇ ਵਿੱਚ ਫਰਕ ਪਿਆ। ਸਿਮਿਲਰਲੀ ਕੁਛ ਹੈਬਿਟ ਜਿਹੜੀਆਂ ਹੈਗੀਆਂ ਨੇ, ਇਹ ਤਾਂ ਜਿਮ ਦੇ ਨਾਲ ਰਿਲੇਟ ਹੋ ਗਈਆਂ, ਜਿਹਨੂੰ ਆਪਾਂ ਫਿਜ਼ੀਓਲੋਜੀਕਲ ਨੀਡ ਕਹਿੰਦੇ ਸੀ ਹੈਲਥ ਵਾਸਤੇ, ਉਹ ਵਾਲੀਆਂ ਹੋ ਗਈਆਂ। ਬਟ ਸੋਚੋ ਵੀ ਜੇਕਰ ਆਪਾਂ ਇਹਨੂੰ ਲਵ ਬਿਲੋਂਗਿੰਗਨੈਸ ਦੇ ਉੱਪਰ ਅਪਲਾਈ ਕਰ ਦਈਏ, ਸੈਲਫ ਐਕਚੁਲਾਈਜੇਸ਼ਨ ਤੇ ਅਪਲਾਈ ਕਰ ਦਈਏ, ਸੇਫਟੀ ਨੀਡ ਤੇ ਅਪਲਾਈ ਕਰ ਦਈਏ, ਤਾਂ ਕਿੰਨਾ ਕੁਛ ਲਾਈਫ ਦੇ ਵਿੱਚ ਅਸੀਂ ਲੈ ਸਕਦੇ ਹਾਂ ਤੇ ਕਿੰਨਾ ਕੁਛ ਅਸੀਂ ਮਿਸ ਕਰ ਰਹੇ ਹਾਂ। ਕਿਸ ਕਰਕੇ? ਕਿਉਂਕਿ ਆਪਾਂ ਅਟੈਂਪਟ ਨਹੀਂ ਕਰ ਪਾ ਰਹੇ। ਸੈਕਿੰਡਲੀ ਸੁੰਦਰ ਪਿਛਾਈ, ਦੇਖੋ ਇੱਕ ਪਾਸੇ ਸਾਈਕਲ ਦੇ ਉੱਪਰ ਤੇ ਦੂਸਰੇ ਪਾਸੇ ਗੂਗਲ ਦੇ CEO ਦੀ ਪਦਵੀ ਦੇ ਉੱਪਰ ਜਾਣਾ, ਕਿਸ ਚੀਜ਼ਾਂ ਕਰਕੇ, ਕਿਹੜੀਆਂ ਚੀਜ਼ਾਂ ਕਰਕੇ? ਜਸਟ ਹੈਬਿਟ ਨੂੰ ਚੇਂਜ ਕਰਕੇ।
ਸੋ ਹੈਬਿਟ ਨੂੰ ਕਿਵੇਂ ਚੇਂਜ ਕੀਤਾ ਜਾਂਦਾ ਹੈ ਆਪਾਂ ਅੱਗੇ ਗੱਲ ਕਰਦੇ ਹਾਂ। ਇਬਰਾਹਿਮ ਲਿੰਕਨ ਦ 60th ਪ੍ਰੈਜ਼ੀਡੈਂਟ ਆਫ USA, ਬਟ ਦੇਖੀਏ ਲਾਈਫ ਦੇ ਵਿੱਚ ਸ਼ੁਰੂ ਤੋਂ ਲੈ ਕੇ 1809 ਤੋਂ ਲੈ ਕੇ 1856 ਤੱਕ, 1856-54 ਜੇਕਰ ਆਪਾਂ ਦੇਖੀਏ ਤਾਂ ਸਾਰੇ ਹੀ ਲਾਈਫ ਦੇ ਫੇਲੀਅਰ ਨੇ। ਦੇਖੋ ਕਿੰਨੇ ਵੱਡੇ ਬ੍ਰੇਕ ਡਾਊਨ ਨੇ ਜ਼ਿੰਦਗੀ ਦੇ ਵਿੱਚ, ਬਟ ਫਿਰ ਵੀ ਦੇਖੋ ਵੀ 1860 ਚ ਜਾ ਕੇ ਬੰਦਾ ਉਹ ਪ੍ਰੈਜ਼ੀਡੈਂਟ ਬਣਿਆ। ਸਾਡੀ ਲਾਈਫ ਦੇ ਵਿੱਚ ਇੱਕ ਫੇਲੀਅਰ ਆਉਂਦਾ, ਅਸੀਂ ਟੁੱਟ ਜਾਂਦੇ ਹਾਂ। ਇਬਰਾਹਿਮ ਲਿੰਕਨ ਬਾਰੇ ਮੈਂ ਪੜ੍ਹ ਰਿਹਾ ਸੀ ਵੀ ਇਬਰਾਹਿਮ ਲਿੰਕਨ ਇੱਕ ਇਹੋ ਜਿਹਾ ਇਨਸਾਨ ਸੀ, ਮੀਨ ਟੂ ਸੇ ਇਹਦਾ ਹਰੇਕ ਦੇ ਨਾਲ ਆਪਣੇ ਓਪੋਨੈਂਟ ਦੇ ਨਾਲ ਵੀ ਪਿਆਰ ਪੈ ਜਾਂਦਾ ਸੀ, ਇਸ ਨੂੰ ਲਾਈਕ ਹੀ ਇੰਨਾ ਕੀਤਾ ਜਾਂਦਾ ਸੀ ਡਿਊ ਟੂ ਹਿਜ਼ ਹੈਬਿਟਸ। ਬਟ ਹਿਜ਼ ਵਾਈਫ ਵਾਜ਼ ਵੈਰੀ ਫਿਊਰੀਅਸ ਲੇਡੀ, ਤੇ ਆਪਣੀ ਵਾਈਫ ਦੇ ਨਾਲ ਇੰਨੀ ਨਹੀਂ ਬਣੀ। ਬਟ ਕੀ ਸੀ, ਜੋ ਆਲੇ ਦੁਆਲੇ ਦਾ ਜੋ ਮਾਹੌਲ ਸੀ, ਲੋਕ ਸੀ, ਉਹਨਾਂ ਦਾ ਇਬਰਾਹਿਮ ਲਿੰਕਨ ਨਾਲ ਬਹੁਤ ਜ਼ਿਆਦਾ ਪਿਆਰ ਸੀ। ਸੋ ਇਹ ਨਹੀਂ ਵੀ ਲਾਈਫ ਦੇ ਵਿੱਚ ਤੁਹਾਡਾ ਕੋਈ ਫੇਲੀਅਰ ਆ, ਜੇ ਇਬਰਾਹਿਮ ਲਿੰਕਨ ਵੀ ਸੋਚਦਾ ਵੀ ਨਹੀਂ ਵੀ ਮੇਰੇ ਘਰ ਦੇ ਹਾਲਾਤ ਸਹੀ ਨਹੀਂ, ਮੇਰੀ ਵਾਈਫ ਨਾਲ ਨਹੀਂ ਬਣਦੀ ਤਾਂ ਮੈਂ ਅੱਗੇ ਗਰੋ ਨਹੀਂ ਕਰ ਸਕਦਾ, ਤਾਂ ਇਸ ਤਰ੍ਹਾਂ ਨਹੀਂ। ਹਰ ਚੀਜ਼ਾਂ ਲਾਈਫ ਦੇ ਵਿੱਚ ਜੋ ਨੇ ਅਚੀਵਮੈਂਟਸ ਕੀਤੀਆਂ ਜਾ ਸਕਦੀਆਂ ਨੇ, ਤਾਂ ਇੱਕ ਜ਼ਰੂਰਤ ਹੁੰਦੀ ਆਪਾਂ ਨੂੰ ਵੀ ਆਪਾਂ ਰੈਗੂਲਰ ਨਾ, ਇੱਕ ਗੱਲ ਮੈਂ ਇੱਥੇ ਹੋਰ ਕਹਿਣਾ ਚਾਹੁੰਦਾ ਵੀ ਆਪਾਂ, ਮੈਂ ਦੇਖਿਆ ਵੀ ਨੈਗੇਟਿਵਿਟੀ ਨਾ ਉਦੋਂ ਆਉਂਦੀ ਆ ਜਦੋਂ ਆਪਾਂ ਲਾਈਫ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਘੱਟ ਕਰਦੇ ਹਾਂ। ਜਿੰਨੀਆਂ ਤੁਸੀਂ ਪੋਜ਼ਿਟਿਵ ਚੀਜ਼ਾਂ ਜ਼ਿਆਦਾ ਕਰੋਗੇ, ਤੁਸੀਂ ਯੋਗਾ ਕਰੋਗੇ, ਮੈਡੀਟੇਸ਼ਨ ਕਰੋਗੇ, ਬੁੱਕ ਰੀਡ ਕਰਦੇ ਹੋ, ਚੰਗੀਆਂ ਵੀਡੀਓ ਦੇਖਦੇ ਹੋ, ਚੰਗੀ ਸੰਗਤ 'ਚ ਰਹਿੰਦੇ ਹੋ, ਤੇ ਤੁਸੀਂ ਜ਼ਿਆਦਾ ਸੋਸ਼ਲ ਐਪ ਨੂੰ ਜ਼ਿਆਦਾ ਧਿਆਨ ਨਹੀਂ ਦਿੰਦੇ, ਤੁਸੀਂ ਅਵਾਇਡ ਕਰਦੇ ਹੋ ਜ਼ਿਆਦਾ ਟਾਈਮ ਮੋਬਾਈਲ ਦੀ ਸਕਰੀਨ ਦੇਖਣਾ, ਤੁਸੀਂ ਫਿਜ਼ੀਕਲ ਗੇਮ ਜ਼ਿਆਦਾ ਖੇਡਦੇ ਹੋ, ਤਾਂ ਇਹਦੇ ਨਾਲ ਕੀ ਹੋਏਗਾ, ਡੇ ਬਾਏ ਡੇ ਕਰਕੇ ਤੁਹਾਡੇ ਅੰਦਰ ਪੋਜ਼ਿਟਿਵਿਟੀ ਆਉਂਦੀ ਰਹੇਗੀ। ਜਦੋਂ ਤੁਹਾਡੇ ਤੇ ਕੋਈ ਟਫ ਟਾਈਮ ਆਏਗਾ ਲਾਈਫ ਦੇ ਵਿੱਚ ਤਾਂ ਤੁਸੀਂ ਟੁੱਟੋਗੇ ਨਹੀਂ, ਤਾਂ ਇਹਦੀ ਬਜਾਏ ਕੀ ਹੈ, ਤੁਸੀਂ ਹੋਰ ਪ੍ਰਫੁੱਲਤ ਹੋਵੋਗੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਤੁਹਾਡਾ ਇੱਕ ਸੁਰੱਖਿਆ ਕਵਚ ਬਣ ਜਾਣਗੀਆਂ। ਤੇ ਆਪਣੇ ਜੋ ਫੇਲੀਅਰ ਨੇ ਉਹਨਾਂ ਤੋਂ ਆਪਾਂ ਨੇ ਉੱਪਰ ਉੱਠਣਾ ਹੈ, ਫੇਲੀਅਰ ਨੂੰ ਸਾਈਡ ਦੇ ਉੱਪਰ ਰੱਖ ਕੇ ਇੱਕ ਵਾਰੀ ਫੇਰ ਆਪਾਂ ਨੇ ਅਟੈਂਪਟ ਕਰਨੀ। ਫੇਲੀਅਰ ਇਜ਼ ਅ ਪਾਰਟ ਆਫ ਦ ਪ੍ਰੋਸੈਸ ਆਫ ਸਕਸੈਸ, ਪੀਪਲ ਹੂ ਅਵਾਇਡ ਫੇਲੀਅਰ ਅਵਾਇਡ ਸਕਸੈਸ। ਜਿਹੜੇ ਲੋਕ ਫੇਲੀਅਰ ਤੋਂ ਡਰ ਜਾਂਦੇ ਨੇ, ਫੇਲ ਹੋਣ ਤੋਂ ਡਰ ਜਾਂਦੇ ਨੇ, ਤਾਂ ਉਹ ਸਕਸੈਸ ਨਹੀਂ ਪਾ ਸਕਦੇ ਲਾਈਫ ਦੇ ਵਿੱਚ। ਸੋ ਇਸ ਕਰਕੇ ਫੇਲੀਅਰ ਨੂੰ ਵੀ ਆਉਣ ਦਿਓ, ਹਰੇਕ ਬੰਦੇ ਦੇ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਸਨੂੰ ਫੇਲੀਅਰ ਦਾ ਸਾਹਮਣਾ ਕਰਨਾ ਪਿਆ ਹੈ। ਥੋਮਸ ਐਡੀਸਨ ਨੂੰ ਦੇਖ ਲਓ, 10,000 ਦੇ ਵਿੱਚ ਜਾ ਕੇ ਉਸਨੇ 10,000ਵੀਂ ਅਟੈਂਪਟ ਦੇ ਵਿੱਚ ਜਾ ਕੇ ਉਸਨੇ ਬੱਲਬ ਤਿਆਰ ਕੀਤਾ, 9,999 ਅਟੈਂਪਟ ਸੀ ਜਿਹੜੀਆਂ ਉਹਦੇ ਵਿੱਚ, ਉਸ ਤੋਂ ਬੱਲਬ ਨਹੀਂ ਸੀ ਤਿਆਰ ਹੋਇਆ। ਤਾਂ 9,999 ਉਸ ਤੇ ਫੇਲੀਅਰ ਨਹੀਂ ਸੀ ਉਹ, ਬਟ ਉਹ ਐਕਸਪੈਰੀਮੈਂਟ ਸੀ, ਉਹਨੂੰ ਇਹ ਪਤਾ ਚੱਲ ਗਿਆ ਵੀ 9,999 ਤਰੀਕਿਆਂ ਦੇ ਨਾਲ ਬੱਲਬ ਤਿਆਰ ਨਹੀਂ ਕੀਤਾ ਜਾ ਸਕਦਾ। ਤਾਂ ਇਸ ਕਰਕੇ ਲਾਈਫ ਦੇ ਵਿੱਚ ਕੋਈ ਵੀ ਫੇਲੀਅਰ ਹੈ ਆਪਣੇ ਲਈ, ਉਹਨੂੰ ਇੱਕ ਲੈਸਨ ਮੰਨੋ ਵੀ ਸਾਡਾ ਉਹ ਇੱਕ ਲੈਸਨ ਹੈ, ਉਸਨੂੰ ਹਮੇਸ਼ਾ ਯਾਦ ਰੱਖੋ ਤੇ ਅੱਗੇ ਵਧੋ। ਬੀ ਆ ਸਰਵਾਈਵਲ ਨੋਟ ਅ ਵਿਕਟਮ। ਵਿਕਟਮ ਨਾ ਬਣੋ ਵੀ ਮੈਂ ਵੀ ਘਰ 'ਚ ਗਰੀਬੀ ਸੀ, ਜਾਂ ਘਰੇ ਕੋਈ ਪੜ੍ਹਿਆ ਲਿਖਿਆ ਨਹੀਂ ਸੀ, ਜਾਂ ਮੇਰੀ ਐਜੂਕੇਸ਼ਨ ਵਧੀਆ ਨਹੀਂ ਹੋਈ, ਜਾਂ ਘਰ 'ਚੋਂ ਕਿਸੇ ਫੇਵਰੇਟ ਮੈਂਬਰ ਦੀ ਡੈਥ ਹੋ ਗਈ, ਜਾਂ ਆਪਾਂ ਨੂੰ ਕੋਈ ਛੱਡ ਕੇ ਚਲਿਆ ਗਿਆ, ਬਟ ਬੀ ਆ ਸਰਵਾਈਵਲ ਤਾਂ ਜੀਓ, ਉਸਦੇ ਵਿਕਟਮ ਨਾ ਬਣੋ, ਰੋਵੋ ਨਾ ਉਸ ਨੂੰ ਲੈ ਕੇ, ਇੱਕ ਗੱਲ ਨੂੰ ਫੜੀ ਨਾ ਰੱਖੋ। ਜ਼ਿੰਦਗੀ ਕੋਈ ਪਹਾੜਾ ਨਹੀਂ ਹੈਗਾ ਵੀ ਦੁਬਾਰੇ ਫੇਰ ਦੁਹਰਾਇਆ ਜਾਊਗਾ, ਇਹ ਵੰਸ ਵੀ ਗੈਟ ਓਨਲੀ ਜਸਟ ਵੰਸ, ਸਾਨੂੰ ਵਨ ਟਾਈਮ ਓਪਰਚੁਨਿਟੀ ਮਿਲਦੀ ਹੈ, ਤੇ ਇਸ ਕਰਕੇ ਉਸਨੂੰ ਸਰਵਾਈਵਲ ਦੇ ਵਿੱਚ ਰੱਖੋ। ਕਿੱਦਾਂ ਰੱਖਿਆ ਜਾਏਗਾ, ਹੈਬਿਟਸ ਨੂੰ ਚੇਂਜ ਕਰਕੇ। ਕਾਈਜ਼ੈਨ ਥਿਓਰੀ ਕੀ ਕਹਿੰਦੀ ਹੈ ਵੀ ਚੀਜ਼ਾਂ ਨੂੰ ਸਲੋਲੀ ਸਲੋਲੀ ਕਰੋ, ਜਿਸ ਤਰ੍ਹਾਂ ਆਪਾਂ ਪੁਸ਼ਅਪ ਲਗਾਉਣੇ ਆ, ਜੇ ਪਹਿਲੇ ਦਿਨ ਤੁਸੀਂ 2 ਲਗਾਓ, ਫਿਰ 5 ਲਗਾਓ, ਫਿਰ 10 ਲਗਾਓ, ਫਿਰ 11 ਲਗਾਓ, ਫਿਰ 15 ਲਗਾਓ, ਡੇ ਬਾਏ ਡੇ ਕਰਕੇ ਇਸ ਤਰ੍ਹਾਂ ਇੰਪਰੂਵ ਕਰੋ।
स्टडी का टाइम भी तुसी पहला जा मेडिटेशन करते हो जा स्टडी करते हो, पहला 10 मिनट बैठो, फिर 12, फिर 15, 18, 20, 22, इस तरह टाइम नूं बधाओ। अपनी कोई भी प्रॉब्लम है उसनूं आइडेंटिफाई करो, एनालाइज करो करंट करंट प्रोसैस नूं, एंड क्रिएट सोल्यूशन। उहदा कोई सोल्यूशन देखो, टेस्ट दा सोल्यूशन मेजर एंड एनालाइज रिजल्ट एंड स्टैंडर्डाइज दा सोल्यूशन। मान लो कि है भी प्रॉब्लम है, आइडेंटिफाई प्रॉब्लम भी मेरी प्रॉब्लम है, तो इंग्लिश नहीं बोली जाती। एनालाइज करंट प्रोसैस की है, मीन टू से एनालाइज आप करते हैं तो की है भी जेकर मैं इंग्लिश बोलांगा तो मैं इंग्लिश आएगी, बट आई एम नॉट स्पीकिंग, पर मैं बोल ही नहीं रहा, जब मैं क्लासेस नहीं लगा रहा, जब मैं हार्डवर्क नहीं कर लिया, उसनों एनालाइज किया। क्रिएट करो सोल्यूशन, सोल्यूशन की है मैंने अटेंड करनी ने क्लासेस, ज मैंने इंग्लिश बोलनी है। फिर टेस्ट का सोल्यूशन हो गया भी जो मैंने ये करना शुरू किया, क्लासेस लगानियां शुरू की, मैंने इंग्लिश बोलना शुरू किया तो मेरे च इंप्रूवमेंट हुई। फिर उसनों नंबर फिफ्थ के उपर आ गया मेयर एंड एनालाइज द रिजल्ट। फिर देखो एनालाइज करो उसनों, मेयर करो भी यह चीज़ा वर्क कर रही है, जिम्मे जिम्मे आप प्रैक्टिस कर रहे हैं, इंग्लिश बोल रहे हैं तो सू इंग्लिश आ रही है। फिर एक स्टैंडर्डाइज का सोल्यूशन बन गया भी हाँ जेकर आप इदा करते हैं तो उस तरह सक्सैस मिलती है। उसनों दोबारे फिर देखो नैक्सट प्रॉब्लम की है, सर्कल में इदा ही चलाओ। एनी प्रॉब्लम, कोई भी प्रॉब्लम है, करंट प्रोसैस देखो, सोल्यूशन क्रिएट करो, टेस्ट करो भी वर्क कर रहा है, मेयर करो, एनालाइज करो, फिर उन्होंने स्टैंडर्डाइज एक फार्मूला बन गया भी हाँ वर्क करता है। बट अपनी लाइफ इन्नी ज्यादा लंबी नहीं है भी आप खुद एक्सपैरीमेंट करके देखिए। इस करके बुक्स क्यों कहा जाता है, क्योंकि बुक्स जड़ियाँ है ने सानू दसनगियाँ भी करंट प्रोसैस के सोल्यूशन किस तरह क्रिएट कर सकते हैं, सोल्यूशन सानू किदा मिलनगे, खुद एक्सपैरीमेंट करांगे तो असीं इन्नी रफ्तार नाल अगे नहीं पहुंच पावांगे। जदों साने ना खेत नूं जदों बांधदे ने तां हल दा हल नाल वाया जांदा है, छूरे कांटियां दे नाल लगे रहांगे, छूरे कांटियां दे नाल लगे रहांगे तां आपां सक्सैस नहीं लै सकदे। छूरे कांटियां दे नाल आपां बहुत टाइम लग जाएगा, आपां नूं एकड़ आपां ने जमीन वाहणी होवे तां छूरी कांटियां दे नाल बहुत ज़्यादा टाइम लग जाएगा। इस करके की है बुक्स का सहारा लवो, चंगी वीडियो का सहारा लवो, कुछ क अपनिया हैबिट जिम्मे मॉर्निंग टाइम उठन की हैबिट है, अलार्म सैट करो, सवेरे उठन का मैं एक होर तुम्हें एक फार्मूला शेयर करता है, जिस तरह रॉकेट फार्मूला इसनों असं कहने, जिस तरह रॉकेट लॉन्च किया जाता है ना भी 5, 4, 3, 2, 1, दैन जस्ट स्टैंड अप। दैन साइंस पिछे की काम करते हैं, जो आपने कहा भी 5, 4, 3, 2 तो बॉडी अपने आप रेडी होंगी भी नहीं मैंने उठना है, मैंने कुछ करना है, 1 तक जाते हैं यू जस्ट जंप फ्रॉम द बेड। योर लाइफ इज कंट्रोल्ड बाय वट इज फोकसड ऑन, जिहड़ी चीज़ के उपर आप फोकस करांगे साड़ी लाइफ उदा ही होएगी, जिहड़ी चीज़ के उपर साडा फोकस चला गया उदा ही साड़ी लाइफ होएगी। तो ये थोड़ा एक जरूरी काम करना है, रिव्यू करना है 2021 नूं भी 2021 दे विच आपां नूं की लैसन थोड़े सीखिया, चैलेंज की आए, रिस्क की सी, तो तुसीं इहनूं वीडियो नूं इत्थे पॉज करके सारयां दे उपर काम करना शुरू करो तां कि सानूं पता चले भी की आपां नूं प्रॉब्लम सी 2021 दे विच किस तरह दा रहा, तां एक लैसन नूं लैके आपां अगे चलो। ड्रीम्स पूरे क्यों नहीं हुंदे साडे, क्योंकि असी लाइक ड्रीमर ते हरेक बंदा देखो ड्रीम लंदा है भी फॉरन जाना है, इदा करना है, इन्ना पैसा कमाना है, बट साढ़े अंदर क्रिटिक बैठा जो सू रोकता है भी तुहाडे तो नहीं हो सकता। तो साढ़े अंदर एक प्लानर है जिहड़ा कि बेस्ट प्लान करता है, तो पहला अपने ड्रीम नूं लिखो, फिर देखो कि चीज़ा थोड़ा रोक रही, दिस इज़ द वेरी वेरी पावरफुल एक्सरसाइज। तो इतने बच्चे असं लाइव करवाने ये एक्सरसाइज, दिस इज़ द फ्रॉम द NLP कोर्स न्यूरोलिंग्विस्टिक प्रोग्रामिंग। तो पहले अपने ड्रीम देखो, फिर तुम
देखो तुहाडे अंदर क्रिटिक केड़ा बैठा है ते एक बेस्ट प्लान करो। दिस इज वेरी फैबुलस एक्सरसाइज, इट इज कॉल्ड कैथारसिस टू। तुहानू पता चलेगा भी तुहाडे अंदर चीजा किवें निकल के बाहर आई। हुण आई मेन मुद्दे की गल, आपां ने रजिस्टर किदां तैयार करना है। फर्स्ट तो लाइक कोई भी रजिस्टर आप ले सकते हैं, मार्केट के स्टॉक रजिस्टर मिलते हैं, उस रजिस्टर ले सकते हो जिसे आप योगा मेडिटेशन नाइट ब्रश पार्किंग रीडिंग लिसनिंग राइटिंग स्पीकिंग यू कैन राइट ऑन एनीथिंग एल्स। इस तो पहला मिनट से कई सारे चीजा सी जो असी करते सी ते वो हुण नोट नहीं करते क्योंकि वो चीजा हैबिट बन गई, बहुत सारी चीजा सी वो चीजा हैबिट बन चुकी ने। डेली लाइक मैक्सीम पानी पीना, जो हुण अलार्म सैट किए हुए ने हरेक घंटे घंटे बाद जो है पानी का अलार्म बजता है। ब्रीदिंग एक्सरसाइज अद्धे अद्धे घंटे बाद अलार्म ने जो अद्धे अद्धे घंटे बाद जाना तो ब्रीदिंग एक्सरसाइज करनी शुरू करनी है। तो तुम अपने अकॉर्डिंग सैट करो, बड़ी ईमानदारी के नाल दो चीजा कर सकते हैं। पर अपना टिक भी लगा सकते क्रॉस भी ला सकते हैं जो टू टू नंबर दे सकते हैं। किन्ने कॉलम ने यह 1 2 3 4 5 6 7 8 8 ने। जेकर आप दो नंबर देिए तो 8 2 16 16 हो गए। जेकर 16 ने तो इतने लिखो 16, तो तुम लिखो किंग भी तो किंग वाली फीलिंग आनी चाहिए है, थोड़े पूरे किए सारे। जेकर 14 रह गए तो मतलब वॉरियर आ रही, एक योद्धे वाली फीलिंग आनी चाहिए है। जेकर उस तो घट रह गए 10 रह गए तो एक फेलीयर। दैन फेलीयर आपने दसिया भी कोई गल नहीं, नहीं कंप्लीट होया तो अगे की है, फेलीयर तो बाद फिर सक्सैस करो, फिर अगे फिर इस वधाओ। यह चार्ट दिस इज मच इंपोर्टेंट। जे तुम यह सोचते हो ना भी चार्ट तो बिना तुम डेली उठ पाओगे डेली हर चीजा कर पाओगे, दैट इज नॉट पॉसीबल। 17% पीपल ने जड़े 100 चो ओही सिर्फ कर पाते ने पूरे दिसंबर तक, अदरवाइज की है 83 पीपल दे जस्ट फेलियर। रेजोल्यूशन बनाते हैं जनवरी तक चलते हैं, फेब तक चलते हैं, हार्डली मार्च तक चलते हैं, उस तो बाद रेजोल्यूशन जड़े है वह इदा ही कापियां कितने रुल जाते हैं, फिर अपनी दुनिया चले जाते हैं। क्योंकि पेशेंस बहुत ज्यादा जरूरी ने, रजिस्टर साड़ी अकाउंटेबिलिटी वास्ते रजिस्टर बहुत ज्यादा जरूरी है। याद करो जब असं छोटे से तो सानू पेरेंट्स सिखाते होंगे भी इदा काम करो इदा करो उठो पढ़ो, वो साढ़े लिए अकाउंटेबल सी। जो असं बड़े होए तो असी सानू किसी ने उठाया नहीं, सानू किसी ने यह नहीं देखिया भी मैं उत्थे चलने आया, मेरी कोई रिपोर्ट लैन नहीं आया, मैं की खा रहा हाँ, मैं किन दोस्तों नाल घूम रहा हाँ, मैं कितने जा रहा हाँ, मैं कह रहा मैं अपने दोस्त घर सोऊंगा पता नहीं मैं कितने जा रहा हाँ, तो साढ़े उपर कोई अकाउंटेबिलिटी नहीं है। तो रजिस्टर जोड़ा है तो अकाउंटेबल बनाएगा, तो रजिस्टर की जो अकाउंटेबिलिटी होएगी तो तुम ये लिखोगे तो पता चलेगा भी थोड़िया हैबिट्स चेंज होने के नाल। जेकर तुम 4 महीने भी हो गई ना तो तुम देखोगे भी रिमार्केबल रिजल्ट इस मिलेगा। तो इस करके इदा का रजिस्टर जोड़ा है तुम जरूर लगा लेना है। यह ना सोचो भी 1 तरीक चलेगी 2 चलेगी 3 चलेगी 10 चलेगी चाहे 15 चली जाए तो तुम उदों तो ही अपना न्यू ईयर स्टार्ट करो। यह ना सोचो 15 दिन हो गए हम तो नैक्सट ईयर तो स्टार्ट करेंगे, जो तुम इन चीज़ों का पता लगे उदों ही उसनों स्टार्ट करो, दैन यू विल गैट अ बैटर रिजल्ट इन योर लाइफ। तो मैं अपनी रूटीन इतने दसदा हाँ, दिस इज माई रूटीन। 5 to 6 योगा मेडिटेशन, 6 to 7 रनिंग करना पुशअप करना स्कीपिंग करना, 6 7 to 8 बुक रीडिंग डांसिंग मेडिटेशन, 8 to 9 पाठ करना बात करना पाठ करना ब्रेकफास्ट रेडी फॉर सेंटर, 9 to 5 की है रीडिंग राइटिंग स्पीकिंग, 5 to 6 ग्रामर लेसन डिनर एंड 6 to 10 दैट बुक रीडिंग प्ले बैडमिंटन सक्राइबिंग रिव्यू। क्योंकि जो डिनर है अप्रोक्सीमेटली आई टेक जस्ट समटाइम 5 समटाइम 6 o'clock बट आई प्ले बैडमिंटन 8:30। एंड जो रिव्यू है दिस इज वेरी वेरी इंपोर्टेंट, रात को रिव्यू करना भी कुछ रहता नहीं गया उन्होंने विचों, जेकर कुछ रह गया हो दैन तुरंत उदों ही करना है। मान लो कि यह मेरे पुशअप रहिंदे ने, तुसीं देखिया भी पुशअप रह गए, दैन नाल दी नाल उठो 2 पुशअप लाओ ते टिक लगा दो। यह ना होते क्रॉस लगा दो, जेकर कर सकते हो तो सिर्फ चाहिए 1 पुशअप लगा दो, 1 पुशअप लगाया ना दिन उत्थे टिक लगा दे। ये खुद तुहाडी ईमानदारी है, तुसी आप ही बनाना है ही। सो इट विल ब्रिंग अ बैटर रिजल्ट फॉर यू। सो थैंक यू, हैप्पी न्यू ईयर अगेन। सो आई होप दैट यू विल डू दिस एंड वी हैव मेड व्हाट्सएप चैनल टू
इफ यू आर इंटरेस्टेड यू कैन सेंड योर नंबर टू वी विल ऐड इनटू दैट। असि उस दे विच जो है सारी एक्टिविटीज उस दे विच असि नोट करते हैं भी जो एक्टिविटीज ने जिन्हें रेजोल्यूशन दे विच साडे मेंबर ने वो डेली लिखते हैं भी सानू ये डाइट लई अज मैं इन्ने बजे उठा अज ये किया अफरमेशन की विजुअलाइजेशन किया साइलेंट रहा आइसोलेटेड रहा यह बुक पढ़ी इन्ने पेज पढ़ लिया जे जिंदगी सीखिया दैन इफ यू वांट यू कैन ऐड इन टू दैट। सो ये ही थोड़े तो इजाजत चाहते हैं तो वीडियो वो वो शेयर जरूर कर दियो ताकि कुछ लोगों को सेध नहीं मिलती भी कुछ करना तो चाहते होंगे बट उन्होंने सेध नहीं मिलती भी करिए कि सो प्लीज शेयर दिस एंड हैप्पी न्यू ईयर अगेन। थैंक यू।